ਡਾਕਟਰ ਜਦੋਂ ਮਿਸ ਬਿਹੇਵ ਕਰਦੀ ਹੈ ਜੀ ਉਹਨਾਂ ਨਾਲ ਵੀ ਉਹਨਾਂ ਦੇਖ ਲੈਂਦੀ ਵੀ ਇਹਦੇ ਨਾਲ ਤਾਂ ਆਸ਼ਾ ਹੈ ਵੀ ਇਹ ਪੇਸ਼ੈਂਟ ਤਾਂ ਇੱਥੇ ਡਿਲੀਵਰ ਹੋ ਜਾਣਾ ਫ੍ਰੀ 'ਚ ਉਹਨੂੰ ਆਪਣੇ ਘਰ ਦਾ ਲਾਲਚ ਰਹਿੰਦਾ ਜੀ ਵੀ ਮੈਂ ਜੇ ਉੱਥੇ ਡਿਲੀਵਰੀ ਕਰੂੰਗੀ ਜੇ ਸਜੇਰੀਅਨ ਕਰੂੰਗੀ 30-35 ਹਜ਼ਾਰ ਰੁਪਇਆ ਬਣਨਾ ਹੈ ਸਾਨੂੰ ਦੇਖ ਕੇ ਲੱਗਦੀ ਹੈ ਜੀ ਬਸ ਕਹਿੰਦੀ ਵੀ ਇਹ ਘਰ ਪੇਸ਼ ਕਰਵਾਓ ਕਹਿੰਦੀ ਜੀ ਮੇਰੇ ਕੋਲ ਵੀ ਘਰ ਲੈ ਕੇ ਆਓ ਸਰ ਅਸੀਂ ਕਿਹਾ ਵੀ ਅਸੀਂ ਉਹ ਗਰੀਬ ਹੈ ਅਸੀਂ ਨਹੀਂ ਆ ਸਕਦੇ ਕਿਸੇ ਨੂੰ ਸਾਨੂੰ ਲੇਬਰ ਰੂਮ 'ਚ ਨਹੀਂ ਜਾਣ ਦਿੰਦੀ ਕਹਿੰਦੀ ਆਸ ਅੰਦਰ ਜਾਊਂਗੀ ਤਾਂ ਮਰੀਜ਼ ਨਹੀਂ ਚੈੱਕ ਕਰਨਾ ਮਰੀਜ਼ ਮਰਦਾ ਮਰ ਜਾਵੇ ਪਰ ਕਹਿੰਦੀ ਮੈਂ ਚੈੱਕ ਨਹੀਂ ਕਰਨਾ ਡਿਲੀਵਰੀ ਟਾਈਮ 2100 3100 5100 ਵਧਾਈ ਲੈਂਦੀ ਹੈ ਪੇਸ਼ੈਂਟਸ ਤੋਂ ਅਤੇ ਉਹ ਤੋਂ ਬਾਅਦ ਡਿਲੀਵਰੀ ਹੋਣ ਤੋਂ ਬਾਅਦ ਬੱਚੇ ਜਦੋਂ ਬੱਚਾ ਪੈਦਾ ਹੋ ਜਾਂਦਾ ਹੈ ਉਹਦੇ ਕੱਪੜੇ ਲੈ ਕੇ ਆਉਂਦੇ ਕੰਟੀਨ ਵਾਲੇ ਤੋਂ ਕੱਪੜੇ ਸਮਾਨ ਸਾਰਾ ਬਾਕੀ ਉਹਦੇ 'ਚੋਂ ਇਹਦੀ ਇਹ ਕਮਿਸ਼ਨ ਹੈ ਕਿ 1000 ਰੁਪਇਆ ਸਮਾਨ ਖਰੀਦੂਗਾ 300 ਰੁਪਇਆ ਆਸ਼ਾ ਵਰਕਰ ਨੂੰ ਜਾਣਗੇ ਇਹ ਹੈ ਰੂਪਨਗਰ ਦਾ ਸਰਕਾਰੀ ਹਸਪਤਾਲ ਤੇ ਇਸ ਹਸਪਤਾਲ ਦੇ ਵਿੱਚ ਗਾਇਨੀ ਵਾਰਡ ਦੇ ਸਾਹਮਣੇ ਧਰਨਾ ਦੇ ਰਹੀਆਂ ਮਹਿਲਾਵਾਂ ਆਸ਼ਾ ਵਰਕਰ ਨੇ ਇਹ ਆਸ਼ਾ ਵਰਕਰਾਂ ਕੋਈ ਸਰਕਾਰ ਦੇ ਖਿਲਾਫ ਜਾਂ ਫਿਰ ਆਪਣੀਆਂ ਤਨਖਾਹ ਨੂੰ ਵਧਾਉਣ ਦੇ ਲਈ ਧਰਨਾ ਨਹੀਂ ਦੇ ਰਹੀਆਂ ਬਲਕਿ ਇਹਨਾਂ ਵੱਲੋਂ ਤਾਂ ਸਰਕਾਰੀ ਹਸਪਤਾਲ ਦੀ ਗਾਇਨੀ ਡਾਕਟਰ ਹਰਪ੍ਰੀਤ ਕੌਰ ਦੇ ਖਿਲਾਫ ਧਰਨਾ ਦਿੱਤਾ ਜਾ ਰਿਹਾ ਅਤੇ ਡਾਕਟਰ ਹਰਪ੍ਰੀਤ ਕੌਰ ਦੇ ਖਿਲਾਫ ਇਹਨਾਂ ਵੱਲੋਂ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਦਰਅਸਲ ਇਹ ਮਹਿਲਾਵਾਂ ਪਿੰਡਾਂ ਵਿੱਚੋਂ ਗਰਭਵਤੀ ਮਹਿਲਾਵਾਂ ਨੂੰ ਪ੍ਰੇਰਿਤ ਕਰਕੇ ਜਣੇਪੇ ਲਈ ਸਰਕਾਰੀ ਹਸਪਤਾਲ ਲੈ ਕੇ ਆਉਂਦੀਆਂ ਨੇ ਪਰ ਇਹਨਾਂ ਵੱਲੋਂ ਦੋਸ਼ ਲਗਾਏ ਗਏ ਨੇ ਕਿ ਡਾਕਟਰ ਹਰਪ੍ਰੀਤ ਕੌਰ ਵੱਲੋਂ ਜਣੇਪਾ ਸਰਕਾਰੀ ਹਸਪਤਾਲ ਕਰਨ ਦੀ ਥਾਂ ਪੈਸੇ ਬਣਾਉਣ ਦੀ ਖਾਤਰ ਆਪਣੇ ਨਿੱਜੀ ਨਰਸਿੰਗ ਹੋਮ ਵਿੱਚ ਲਿਜਾ ਕੇ ਕੀਤਾ ਜਾਂਦਾ ਪਰ ਇਹਨਾਂ ਵੱਲੋਂ ਹੁਣ ਹੀ ਡਾਕਟਰ ਸਾਹਿਬਾਂ ਦੇ ਖਿਲਾਫ ਸਾਰਾ ਕੁਝ ਕਿਉਂ ਉਗਲਿਆ ਗਿਆ ਇਹ ਤੁਸੀਂ ਇਹਨਾਂ ਦੇ ਬਿਆਨ ਸੁਣਨ ਤੋਂ ਬਾਅਦ ਹੀ ਸਭ ਸਮਝ ਆਓਗੇ ਸਰ ਮੇਰਾ ਮਰੀਜ਼ ਤਾਂ ਜੀ ਇੱਕ ਮੇਰੇ ਰਿਸ਼ਤੇਦਾਰ ਅਤੇ ਉਹਨੂੰ ਦਰਦਾਂ ਲੱਗੇ ਹੋਏ ਸਰ ਅਤੇ ਮੈਂ ਉਹਨਾਂ ਨੂੰ ਸਰਕਾਰੀ ਹੋਸਪਿਟਲ ਰੋਪੜ ਲੈ ਕੇ ਆਈ ਅਤੇ ਮੈਡਮ ਨੇ ਚੈੱਕ ਕੀਤਾ ਕਹਿੰਦੇ 1 ਫਿੰਗਰ ਆ ਵੀ ਤੁਸੀਂ ਜਾ ਸਕਦੇ ਘਰ ਵੀ ਹਾਲੇ ਟਾਈਮ ਹੈਗਾ ਏ ਸਰ ਅਸੀਂ ਘਰ ਲੈ ਗਏ ਅਤੇ ਰਾਤ ਨੂੰ 9:30 ਵਜੇ ਫਿਰ ਦੁਬਾਰਾ ਉਹਨੂੰ ਦਰਦਾਂ ਲੱਗੀਆਂ ਸਰ ਅਤੇ ਅਸੀਂ ਉਰੇ ਆਏ 12 ਵਜੇ ਇਹਨਾਂ ਨੇ ਦਾਖਲ ਕਰ ਲਿਆ ਰਿਪੋਰਟਾਂ ਸਾਰੀਆਂ ਚੈੱਕ ਕਰਨੀਆਂ ਕਹਿੰਦੇ ਵੀ ਦਾਖਲ ਹੋ ਜਾਓ ਦਾਖਲ ਹੋ ਗਏ ਸਾਰਾ ਰਾਤ ਲੰਘ ਗਈ ਜੀ ਸਾਰਾ ਦਿਨ ਲੰਘ ਗਿਆ 3-4 ਵਾਰੀ ਚੈੱਕ ਕੀਤਾ ਮੈਡਮ ਨੇ ਡਿਲੀਵਰੀ ਕਹਿੰਦੀ 10 ਮਿੰਟ ਤੱਕ ਹੋ ਜਾਣੀ ਜੀ ਸ਼ਾਮ ਨੂੰ 2:30 ਵਜੇ ਜੀ ਜਾਂ 2:30 ਵਜੇ ਮੰਦਰ ਜਾ ਕੇ ਦੇਖਿਆ ਕਹਿੰਦੇ ਜੀ ਬੱਚਾ ਮੂਹਰੇ ਆ ਵੀ 10 ਮਿੰਟ ਤੱਕ ਕੱਪੜੇ ਕੁੱਪੜੇ ਕੱਢ ਕੇ ਰੱਖੋ ਵੀ ਬੱਚਾ ਤਿਆਰ ਹੈ ਚਲੋ ਠੀਕ ਹੈ ਜਾਨ ਮੈਂ ਥੱਲੇ ਤੌਲੀਆ ਲੈਣ ਆਈ ਸਰ ਇੰਨੇ ਨੂੰ ਅਪਰ ਹਰਪ੍ਰੀਤ ਮੈਡਮ ਆਏ ਅਤੇ ਇੱਕ ਉਹਨਾਂ ਦੀ ਆਸ਼ਾ ਵਰਕਰ ਅੰਜੂ ਸਰ ਇਹ ਦੋਨੇ ਅਪਰ ਗਈਆਂ ਅਪਰ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਲੇਬਰ ਰੂਮ 'ਚ ਕੀ ਨਹੀਂ ਉਹਨਾਂ ਨੂੰ 10 ਮਿੰਟ 'ਚ ਲੇਬਰ ਰੂਮ 'ਚ ਲੈ ਗਏ ਜਦ ਨੂੰ ਮੈਂ ਥੱਲੇ ਆਈ ਲੇਬਰ ਰੂਮ ਤੋਂ ਬਾਹਰ ਵੀ ਕੱਢਤੀ ਕਹਿੰਦੀ ਕਿ ਮੈਂ ਤਾਂ ਆਪਰੇਸ਼ਨ ਨਹੀਂ ਕਰ ਸਕਦੀ ਕਹਿੰਦੀ ਤਾਂ ਸੈੱਲ ਘਟੇ ਹੋਏ ਆ ਕਹਿੰਦੀ ਮੈਂ ਨਹੀਂ ਜੀ ਡਿਲੀਵਰੀ ਕਰ ਸਕਦੀ ਵੀ ਜੇ ਬਰੀਡਿੰਗ ਹੋਊਗੀ ਤਾਂ ਬੰਦ ਨਹੀਂ ਹੋਣੀ ਹੈਗੀ ਸਰ ਜਾਂ ਤੁਸੀਂ ਦੇਖੋ ਇੱਕ ਰਾਤ ਲੰਘ ਗਈ 2 ਦਿਨ ਲੰਘ ਗਏ ਜਾਂ ਤੁਸੀਂ ਸੈੱਲ ਜਦ ਨਹੀਂ ਦੇਖੇ ਤੁਸੀਂ ਉਹਨਾਂ ਦੇ ਵੀ ਹੁਣ ਮੌਕੇ ਪਰ ਆ ਕੇ ਉਹਨੂੰ ਉਹਦੀ ਇੰਨੀ ਬੁਰੀ ਹਾਲਤ ਸੀ ਮਰੀਜ਼ ਦੀ ਸਾਰਾ ਪਰਿਵਾਰ ਰੋਂਦਾ ਗਿਆ ਸਰ ਰਾਤ ਫਿਰ 16 ਵਜੇ ਅਤੇ 16 ਵਾਲੇ ਕਹਿੰਦੇ ਮਰਿਆ ਹੋਇਆ ਸੱਪ ਸਾਡੇ ਗਲ ਪਾਤਾ ਵੀ ਅਸੀਂ ਨਹੀਂ ਸਾਂਭ ਸਕਦੇ ਵੀ ਹਾਲਤ ਖਰਾਬ ਹੈ ਰਾਤ 12:30 ਵਜੇ ਆ ਕੇ PA ਦਾਖਲ ਕਰਾਇਆ 12 ਵਜੇ ਕੁੜੀ ਹੋ ਗਈ ਰਾਤ 12:30 ਕਿਉਂ ਕੀਤਾ ਉਹਨਾਂ ਨੇ ਇੱਦਾਂ ਕਿਆ ਕਰਤਾ ਲੱਗਦਾ ਸਰ ਸਾਡੇ ਨਾਲ ਸਾਨੂੰ ਦੇਖ ਕੇ ਲੱਗਦੀ ਹੈ ਜੀ ਬਸ ਕਹਿੰਦੀ ਵੀ ਇਹ ਘਰ ਕੇਸ ਕਰਵਾਓ ਕਹਿੰਦੀ ਜੀ ਮੇਰੇ ਕੋਲ ਵੀ ਘਰ ਲੈ ਕੇ ਆਓ ਸਰ ਅਸੀਂ ਕਿਹਾ ਵੀ ਅਸੀਂ ਉਹ ਗਰੀਬ ਹੈ ਅਸੀਂ ਨਹੀਂ ਆ ਸਕਦੇ ਕੌਣ ਕਹਿੰਦਾ ਕਿੱਥੇ ਲੈ ਕੇ ਆਓ ਹਰਪ੍ਰੀਤ ਮੈਡਮ ਉਹ ਕੀ ਕਰਦੇ ਕਿੱਥੇ ਘਰ ਕਿਆ ਕਰਦੇ ਆਪਣਾ ਕਲੀਨਿਕ ਹੈ ਜੀ ਉਹਦਾ ਗਿਆਨੀ ਜੈਲ ਸਿੰਘ ਹੈ ਪ੍ਰੀਤ ਨਰਸਿੰਗ ਹੋਮ ਅੱਛਾ ਉਹ ਦਬਾਅ ਪਾ ਰਹੇ ਤੁਹਾਡੇ ਤੇ ਹਾਂਜੀ ਹਾਂਜੀ ਸਾਰਿਆਂ ਨੂੰ ਕਹਿ ਰਹੇ ਕਹਿੰਦੇ ਮੈਂ ਕਮਿਸ਼ਨ ਦਿੰਦੀ ਹੈ ਤੁਹਾਨੂੰ ਜਿੰਨਾ ਨਾਰਮਲ ਹੋਊਗਾ ਤੇ ਸਜੇਰੀਅਨ ਹੋਊਗਾ 2000 ਰੁਪਇਆ ਦਊਂਗੀ ਤੇ ਉਹਦਾ ਹੋਊਗਾ ਤਾਂ ਕਹਿੰਦੇ ਮੈਂ 1000 ਰੁਪਇਆ ਦਊਂਗੀ ਤੁਹਾਨੂੰ ਵੀ ਮੇਰੇ ਕੋਲ ਕੇਸ ਲੈ ਕੇ ਆਓ ਸਾਡੀ ਕੁੜੀ ਕੋਈ ਨਹੀਂ ਜਾਂਦੀ ਉਹਦੇ ਕਰਕੇ ਸਾਡੇ ਨਾਲ ਧੱਕਾਸ਼ਾਹੀ ਕਰ ਰਹੇ ਤੁਸੀਂ ਇਹਦੀ ਸ਼ਿਕਾਇਤ ਨਹੀਂ ਕੀਤੀ ਸਿਵਲ ਸਰਜਨ ਬਹੁਤ ਵਾਰੀ ਕਹਿ ਲਿਆ ਜੀ SMO ਸਾਹਿਬ ਨੂੰ ਕਹਿ ਲਿਆ ਜੀ ਅਸੀਂ ਬਹੁਤ ਨੂੰ ਕਹਿ ਕੇ ਥੱਕ ਗਏ ਜੀ ਅਸੀਂ ਸਾਡੀ ਕਿਸੇ ਨੇ ਸੁਣਾਈ ਨਹੀਂ ਜੀ ਕਰੀ ਅਸੀਂ ਅਖੀਰ ਨੂੰ ਇੱਥੇ ਧਰਨਾ ਲਾ ਜੀ ਸਾਡੀ ਨਹੀਂ ਕਿਸੇ ਨੇ ਸੁਣੀ ਕਿਸੇ ਨੂੰ ਸਾਨੂੰ ਲੇਬਰ ਰੂਮ 'ਚ ਨਹੀਂ ਜਾਣ ਦਿੰਦੀ ਕਹਿੰਦੀ ਆਸ ਅੰਦਰ ਜਾਊਂਗੀ ਤਾਂ ਮਰੀਜ਼ ਨਹੀਂ ਚੈੱਕ ਕਰਨਾ ਮਰੀਜ਼ ਮਰਦਾ ਮਰ ਜਾਵੇ ਪਰ ਕਹਿੰਦੀ ਮੈਂ ਚੈੱਕ ਨਹੀਂ ਕਰਨਾ ਸਰ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਅਸੀਂ ਵੀ ਪਿੰਡ ਦਾ ਵਰਕਰ ਦਾ ਕੰਮ ਕਰਦੇ ਹਾਂ ਅਸੀਂ ਪਿੰਡਾਂ 'ਚ ਰੱਖੇ ਆ ਵੀ ਗਰੀਬਾਂ ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਸਹੂਲਤਾਂ ਮਿਲਦੀਆਂ ਸਰਕਾਰੀ ਹੋਸਪਿਟਲ ਬਾਰੇ ਨਹੀਂ ਪਤਾ ਵੀ ਕੀ ਉੱਥੇ ਸਹੂਲਤਾਂ ਅਸੀਂ ਉਹਨਾਂ ਨੂੰ ਲੈ ਕੇ ਆਉਂਦੇ ਹਾਂ ਜੀ ਹੋਸਪਿਟਲ 'ਚ ਆ ਕੇ ਇੱਥੇ ਅਸੀਂ ਡਾਕਟਰ ਨਾਲ ਮਿਲਾਉਂਦੇ ਹਾਂ ਡਾਕਟਰ ਨੂੰ ਦਿਖਾਉਂਦੇ ਹਾਂ ਡਾਕਟਰ ਉਹਨਾਂ ਦਾ ਜੋ ਵੀ ਟ੍ਰੀਟਮੈਂਟ ਲਿਖਦੇ ਆ ਅਲਟਰਾਸਾਊਂਡ ਵਗੈਰਾ ਜਾਂ ਟੈਸਟ ਵਗੈਰਾ ਜੋ ਅੰਦਰ ਹੁੰਦਾ ਅਸੀਂ ਅੰਦਰ ਦੀ ਸਹੂਲਤ ਉਹਨਾਂ ਨੂੰ ਸਾਰੀ ਦਵਾਈ ਦੀ ਹੈ ਜੀ ਬਾਕੀ ਬਾਅਦ 'ਚ ਜਦੋਂ ਉਹਨਾਂ ਨੇ ਡਿਲੀਵਰੀ ਦਾ ਟਾਈਮ ਆ ਜਾਂਦਾ ਜੀ 9 ਮਹੀਨੇ ਬਾਅਦ ਅਸੀਂ ਉਹਨਾਂ ਨੂੰ ਜਣੇਪੇ ਵਾਸਤੇ ਵੀ ਮਨਾ ਕੇ ਬੜੇ ਪਿਆਰ ਨਾਲ ਵੀ ਤੁਹਾਡੇ ਨਾਲ ਹਾਂ ਅਸੀਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਜੇ ਤੁਹਾਨੂੰ ਰੈਫਰ ਵੀ ਕੀਤਾ ਜਾਊਗਾ ਅਸੀਂ ਤਾਂ ਵੀ ਤੁਹਾਡੇ ਨਾਲ ਚੰਡੀਗੜ੍ਹ ਤੱਕ ਜਾਊਂਗੇ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਤੁਸੀਂ ਅਸੀਂ ਉਹਨਾਂ ਨੂੰ ਇੰਨਾ ਭਰੋਸਾ ਦਵਾ ਦਿੰਦੇ ਹਾਂ ਵੀ ਉਹ ਸਾਨੂੰ ਡਾਕਟਰ ਦੇ ਸਮਾਨ ਸਮਝਦੇ ਆ ਜੀ ਜਦੋਂ ਅਸੀਂ ਲੇਬਰ ਰੂਮ ਦੇ ਵਿੱਚ ਪੇਸ਼ੈਂਟ ਦੇ ਨਾਲ ਜਾਂਦੇ ਹਾਂ ਜੀ ਪੇਸ਼ੈਂਟ ਨੂੰ ਇੰਨਾ ਭਰੋਸਾ ਹੋ ਜਾਂਦਾ ਉਹ ਸਟਾਫ ਨੂੰ ਵੀ ਇਹ ਗੱਲ ਕਹਿੰਦਾ ਹੈ ਵੀ ਮੈਂ ਆਸ਼ਾ ਦੀਦੀ ਨੂੰ ਬਾਹਰ ਨਹੀਂ ਜਾਣ ਦੇਣਾ
ਸਾਡਾ ਹੱਥ ਫੜ ਲੈਂਦੇ ਆ ਜੀ। ਫਿਰ ਡਾਕਟਰ ਜਦੋਂ ਮਿਸਬਿਹੇਵ ਕਰਦੀ ਆ ਜੀ ਉਹਨਾਂ ਨਾਲ, ਵੀ ਉਹਨਾਂ ਦੇਖ ਲੈਂਦੀ ਵੀ ਇਹਦੇ ਨਾਲ ਤਾਂ ਆਸ਼ਾ ਏ ਵੀ ਇਹ ਪੇਸ਼ੈਂਟ ਤਾਂ ਇੱਥੇ ਡਿਲੀਵਰ ਹੋ ਜਾਣਾ ਫ੍ਰੀ 'ਚ, ਉਹਨੂੰ ਆਪਣੇ ਘਰ ਦਾ ਲਾਲਚ ਰਹਿੰਦਾ ਜੀ ਵੀ ਮੈਂ ਜੇ ਉੱਥੇ ਡਿਲੀਵਰੀ ਕਰੂੰਗੀ ਜੇ ਸਜੇਰੀਅਨ ਕਰੂੰਗੀ 30-35 ਹਜ਼ਾਰ ਰੁਪਇਆ ਬਣਨਾ ਏ, ਵੀ ਜੇ ਇੱਥੇ ਫ੍ਰੀ ਹੋ ਜੂਗਾ ਤਾਂ ਪੇਸ਼ੈਂਟ ਉਹੀ ਖੁਸ਼ ਹੋ ਕੇ ਆਸ਼ਾ ਦਾ ਮਾਣ ਕਰ ਦਿੰਦਾ ਏ। ਪਰ ਉਹ ਇੱਦਾਂ ਸਰ ਅਸੀਂ ਕਰਦੇ ਨਹੀਂ ਹੈਗੇ, ਅਸੀਂ ਪ੍ਰਾਈਵੇਟ ਪੇਸ਼ੈਂਟ ਦੀ ਕੋਈ ਸੀਲਨੀ ਤਰ੍ਹਾਂ ਜਾਂਦੇ ਹੈਗੇ, ਅਸੀਂ ਸਰਕਾਰੀ 'ਚ ਨੋਰਮਲ ਡਿਲੀਵਰੀ ਹੋਵੇ ਸਜੇਰੀਅਨ ਹੋਵੇ ਸਾਰਾ ਕੁਛ ਫ੍ਰੀ ਹੁੰਦਾ, ਸਾਡਾ ਪੇਸ਼ੈਂਟ ਬੜਾ ਮਾਣ ਕਰਦਾ ਏ, ਸਾਡੇ 'ਤੇ ਭਰੋਸਾ ਕਰਦਾ। ਕੀ ਨਾਮ ਆ ਡਾਕਟਰ ਦਾ ਜਿਹੜੀ ਆਪਣੀ? ਡਾਕਟਰ ਦਾ ਨਾਮ ਹੈਗਾ ਜੀ ਹਰਪ੍ਰੀਤ। ਕਿੱਥੇ ਡਾਕਟਰ ਕਰਦੀ ਆ? ਉਹ ਇੱਥੇ ਪ੍ਰੀਤ ਨਰਸਿੰਗ ਹੋਮ 'ਚ ਕਰਦੀ ਆ। ਕਿਹੜੀ ਜਗ੍ਹਾ? ਜੈਨੀ ਜੈਲ ਸਿੰਘ ਨਗਰ। ਸ਼ਿਕਾਇਤ ਕਰੀ ਕਿਸੇ ਨੂੰ ਕਦੀ? ਹਾਂਜੀ ਸਰ, ਅਸੀਂ SMO ਸਾਹਿਬ ਕੋਲ ਵੀ ਗਏ ਇੱਕ ਦੋ ਵਾਰ, ਪਰਸੋਂ ਵੀ ਅਸੀਂ ਲਿਖਤੀ ਰੂਪ 'ਚ ਵੀ ਦਿਆ ਸੀ, ਪਰਸੋਂ ਜਾ ਕੇ ਵੀ ਸਰ ਸਾਡੇ ਨਾਲ ਆਸ਼ਾ ਨਾਲ ਮਿਸਬਿਹੇਵ ਹੋ ਰਿਹਾ ਏ, ਸਾਨੂੰ ਲੇਬਰ ਰੂਮ 'ਚ ਬਾਹਰ ਕੱਢਿਆ ਜਾਂਦਾ ਏ, ਕਹਿੰਦੇ ਜੇ ਆਸ਼ਾ ਵਰਕਰ ਅੰਦਰ ਆਊਂਗੀ ਲੇਬਰ ਰੂਮ 'ਚ ਤਾਂ ਮੈਂ ਪੇਸ਼ੈਂਟ ਚੈੱਕ ਨਹੀਂ ਕਰਨਾ, ਕਲਾਸ 4 ਨੂੰ ਕਿਹਾ ਜਾਂਦਾ ਇਹਨਾਂ ਨੂੰ ਬਾਂਹ ਤੋਂ ਫੜ ਕੇ ਗੇਟ ਤੋਂ ਬਾਹਰ ਕਰਕੇ ਆਓ। ਸੋ ਡਾਕਟਰ ਤੇ ਲੱਗੇ ਦੋਸ਼ ਗੰਭੀਰ ਨੇ, ਜੇਕਰ ਧਰਨੇ ਤੇ ਬੈਠੀਆਂ ਆਸ਼ਾ ਵਰਕਰਾਂ ਵੱਲੋਂ ਗਾਇਨੀ ਡਾਕਟਰ ਤੇ ਲਗਾਏ ਜਾ ਰਹੇ ਦੋਸ਼ ਸੱਚ ਨੇ ਤਾਂ ਸਰਕਾਰੀ ਹਸਪਤਾਲ ਵਿੱਚ ਆਉਣ ਵਾਲੀਆਂ ਗਰਭਵਤੀ ਮਹਿਲਾਵਾਂ ਨੂੰ ਆਪਣੇ ਨਿੱਜੀ ਨਰਸਿੰਗ ਹੋਮ ਵਿੱਚ ਲੈ ਜਾ ਕੇ ਉਹਨਾਂ ਤੋਂ ਮੋਟੀਆਂ ਰਕਮਾਂ ਬਟੋਰ ਆਰਥਿਕ ਸ਼ੋਸ਼ਣ ਕਰਨਾ ਸ਼ਰੇਆਮ ਕਾਨੂੰਨ ਨੂੰ ਛਿੱਕੇ ਟੰਗ ਆਮ ਜਨਤਾ ਦੀ ਲੁੱਟ ਹੈ, ਜੋ ਕਿ ਸਰਕਾਰੀ ਹਸਪਤਾਲ ਦੇ ਜ਼ਿੰਮੇਵਾਰ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ 'ਤੇ ਵੀ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਅਤੇ ਦੂਜੇ ਪਾਸੇ ਇਸ ਸੰਬੰਧੀ ਜਦੋਂ ਡਾਕਟਰ ਹਰਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਆਸ਼ਾ ਵਰਕਰਾਂ 'ਤੇ ਹੀ ਮਰੀਜ਼ਾਂ ਨਾਲ ਲੁੱਟ ਕਰਨ ਦੇ ਦੋਸ਼ ਲਗਾ ਦਿੱਤੇ। ਡਾਕਟਰ ਨੇ ਆਸ਼ਾ ਵਰਕਰਾਂ 'ਤੇ ਸਿੱਧੇ ਸਿੱਧੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਆਸ਼ਾ ਵਰਕਰਾਂ ਜਾਣ ਬੁੱਝ ਕੇ ਡਾਕਟਰ ਨੂੰ ਮਰੀਜ਼ ਦੇ ਨਿੱਜੀ ਡਾਕਟਰ ਦੇ ਟੈਸਟ ਲਿਖਣ ਨੂੰ ਕਹਿੰਦੀਆਂ ਨੇ ਤਾਂ ਕਿ ਉਹਨਾਂ ਨੂੰ ਮਹਿੰਗੇ ਟੈਸਟਾਂ ਵਿੱਚੋਂ ਮੋਟੀ ਕਮਿਸ਼ਨ ਮਿਲ ਸਕੇ। ਕਹਿਣਾ ਕਿ ਜਿਹੜੇ ਹੈਗੇ ਤੁਸੀਂ ਜਿਹੜੇ ਹੈਗੇ ਆਪਣੇ ਪ੍ਰਾਈਵੇਟ ਹੌਸਪੀਟਲ 'ਤੇ ਲੈ ਕੇ ਜਾ ਰਹੇ ਹੋ ਤੁਸੀਂ ਜਿਹੜੇ ਪੇਸ਼ੈਂਟ? ਸਰ ਮੈਂ ਕੋਈ ਪ੍ਰਾਈਵੇਟ ਪ੍ਰੈਕਟਿਸ ਨਹੀਂ ਕਰਦੀ, ਠੀਕ ਹੈ, ਅਤੇ ਨਾ ਮੈਂ ਕਿਸੇ ਨੂੰ ਕਹਿੰਦੀ ਹਾਂ, ਇਹ ਤਾਂ ਮੇਰੇ ਕੋਲ ਸਰਕਾਰੀ 'ਚ ਦੀ ਮਰੀਜ਼ ਲੈ ਕੇ ਆਉਂਦੀ ਹਾਂ। ਤੇ ਮੈਂ ਉਹਨਾਂ ਦਾ ਕਹਿਣਾ ਤੁਸੀਂ ਪ੍ਰੀਤ ਜਿਹੜਾ ਹੈਗਾ ਕਰਕੇ ਆਪਣੇ ਘਰ ਦੇ ਵਿੱਚ ਚਲਾ ਰਹੇ ਹੋ, ਉੱਥੇ ਕੀ ਉਹ ਕਾਹਦੇ ਵਾਸਤੇ ਚਲਾ ਰਹੇ ਹੋ? ਕੋਈ ਨਹੀਂ ਚਲਾ ਰਹੀ, ਉਹ ਬੰਦ ਪਿਆ, ਬੰਦ ਹੈ, ਕੋਈ ਨਹੀਂ ਹੈ, ਮੇਰਾ ਹੌਸਪੀਟਲ ਨਹੀਂ ਹੈਗਾ। ਅੱਛਾ, ਹੁਣ ਨਹੀਂ ਚਲਾ ਰਹੇ ਹੋ? ਨਹੀਂ ਜੀ। ਤੇ ਇਹਨਾਂ ਦਾ ਕਹਿਣਾ ਵੀ ਤੁਸੀਂ ਜਿਹੜੇ ਕਮਿਸ਼ਨ ਦਾ ਲਾਲਚ ਦਿੰਦੇ ਜੇ ਨਹੀਂ ਅਸੀਂ ਪੇਸ਼ੈਂਟ ਤੋਂ ਕਹਿੰਦੇ ਤਾਂ ਤੁਸੀਂ ਤੰਗ ਕਰਦੇ ਉਹਦੀ ਡਿਲੀਵਰ ਕਰਨ ਲਈ। ਦੇਖੋ ਜੀ, ਇਹ ਕੋਈ ਕਮਿਸ਼ਨ ਸਿਸਟਮ ਐਸਾ ਕੁਝ ਨਹੀਂ ਹੈ, ਇਸ ਤਰ੍ਹਾਂ ਇਹ ਮੈਨੂੰ ਫੋਰਸ ਕਰਦੀ ਹੈ, ਮੈਨੂੰ ਫੋਰਸ ਕਰਦੀ ਹੈ ਕਿ ਇਹ ਬਾਹਰ ਦੇ ਟੈਸਟ ਲਿਖੋ, ਮੈਨੂੰ ਫੋਰਸ ਕਰਦੀ ਹੈ ਕਿ ਇਹ ਅਲਟਰਾਸਾਊਂਡ ਲਿਖੋ ਬਾਹਰ ਦਾ, ਦਵਾਈਆਂ ਬਾਹਰ ਦੇ ਲਿਖੋ, ਵਿੱਚ ਪ੍ਰੋਬਲਮ ਇਹੀ ਹੈ, ਤਾਂ ਹੀ ਮੇਰੇ ਅਗੇਂਸਟ ਹੋਈਆਂ ਹੈ। ਤੇ ਤੁਸੀਂ ਇਹਨਾਂ ਦੀ ਕੋਈ ਕੰਪਲੇਂਟ ਕੀਤੀ ਅੱਗੇ ਜੇ ਅਗਰ ਇਸ ਤਰ੍ਹਾਂ ਕਰਦੀਆਂ ਤਾਂ? ਇਹਨਾਂ ਨੇ ਕਿਹਾ ਵੀ ਤੁਹਾਡੀ ਅਸੀਂ SMO ਕੋ ਕੰਪਲੇਂਟ ਕੀਤੀ ਆ? ਨਹੀਂ, ਮੈਂ SMO ਸਾਨੂੰ ਕਈ ਵਾਰ ਕਿਹਾ ਕਿ ਸਰ ਇਸ ਤਰ੍ਹਾਂ ਚੱਲ ਰਿਹਾ ਅੰਦਰ, ਈਵਨ ਕਿ ਥਾਇਰਡ ਦਾ ਟੈਸਟ ਵੀ ਜਿਹੜਾ ਅੰਦਰ ਨਹੀਂ ਹੁੰਦਾ, ਇਹ ਸਾਰੇ ਟੈਸਟ ਬਾਹਰੋਂ ਕਰਾ ਲੈਂਦੇ ਹਾਂ, ਮੈਂ ਪੇਸ਼ੈਂਟ ਨੂੰ ਕਹਿੰਦੀ ਕਿ ਬਾਹਰੋਂ ਟੈਸਟ ਨਹੀਂ ਲਿਖਾਉਣਾ, ਸਾਰੇ ਅੰਦਰ ਅਵੇਲੇਬਲ ਅੰਦਰ ਕਰਵਾਓ, ਇਹਨੂੰ ਪ੍ਰੋਬਲਮ ਇਹ ਹੈ, ਜਿੱਥੇ ਫ੍ਰੀ ਵਾਲਾ ਸਕੈਨ ਆ ਉੱਥੇ ਭੇਜਦੀ ਆ, ਇਹਨੂੰ ਇਹੀ ਪ੍ਰੋਬਲਮ ਆ ਕਿ ਮੈਡਮ ਗਾਈਡ ਕਰਕੇ ਭੇਜ ਦਿੰਦੀ ਆ। ਉਹ ਟੈਸਟਾਂ ਦਾ ਕੀ ਫਾਇਦਾ ਹੁੰਦਾ ਇਹਨੂੰ ਬਾਹਰੋਂ ਕਰਾਉਣ ਦਾ? ਉਹ ਇਹਨੂੰ ਕਮਿਸ਼ਨ ਮਿਲਦੀ ਹੈ। ਕਿੰਨਾ ਕਿੰਨਾ ਕਮਿਸ਼ਨ ਹੁੰਦਾ ਨੇ ਜੀ? ਦੇਖੋ ਜੀ, ਇੰਨਾ ਤਾਂ ਮੈਨੂੰ ਪਤਾ ਨਹੀਂ ਕਿੰਨੀ ਕਮਿਸ਼ਨ ਹੁੰਦੀ ਆ, ਪਰ ਕਮਿਸ਼ਨ ਸਿਸਟਮ ਜ਼ਰੂਰ ਹੈ, ਇਹ ਮੈਨੂੰ ਜ਼ਰੂਰ ਪਤਾ ਕਿ ਕਮਿਸ਼ਨ ਸਿਸਟਮ ਜ਼ਰੂਰ ਆ। ਇੱਕ ਥਾਇਰਾਇਡ ਦਾ ਟੈਸਟ ਜਿਹੜਾ ਕਿ ਬਾਹਰੋਂ 150 ਦਾ ਹੁੰਦਾ ਹੈ, ਇਹ 450-500 ਦਾ ਕਰਾਉਂਦੀ ਹੈ, ਜੋ ਪੇਸ਼ੈਂਟ ਤੁਹਾਨੂੰ ਪਤਾ ਲੱਗਦਾ, ਅਲਟਰਾਸਾਊਂਡ 'ਚ ਵੀ ਫੁੱਲ ਕਮਿਸ਼ਨ ਖਾਂਦੀ ਹੈ ਇਹ। ਤੇ ਜਿਹੜੇ ਮਿਸਬਿਹੇਵ ਦੇ ਰੋਗ ਇਹ ਤਾਂ ਕਹਾਂ ਮੈਨਾਂ ਮਿਸਬਿਹੇਵ ਕਰਦੀ ਹੈ ਜੀ, ਲੇਬਰ ਵਿੱਚ ਪੇਸ਼ੈਂਟ ਪਾ ਕੇ ਕਹਿੰਦੇ ਕਰ ਤੂੰ ਸਜ਼ੇਨ, ਤੂੰ ਕਿਵੇਂ ਨਹੀਂ ਕਰਦੀ ਸਜ਼ੇਨ, ਤਾਂ ਤੈਨੂੰ ਦੱਸਦੀ ਹਾਂ ਅਸੀਂ ਜਾ ਕੇ, ਇਹ ਦੱਸੋ ਮੈਨੂੰ, ਇਹ ਸਾਨੂੰ ਗਾਈਡ ਕਰੂੰਗੀ ਕਿ ਅਸੀਂ ਸਜ਼ੇਨ ਕਰਨਾ ਕਿ ਨੋਰਮਲ ਡਿਲੀਵਰੀ ਕਰਨੀ, ਅਸੀਂ ਕਿਹੜਾ ਪੇਸ਼ੈਂਟ ਕਰਨਾ ਨਹੀਂ ਕਰਨਾ, ਜਿਹੜਾ ਮਰੀਜ਼ ਇੱਥੇ ਹੋਣ ਵਾਲਾ ਉੱਥੇ ਅਸੀਂ ਕਰਦੇ ਹਾਂ, ਜਿਹੜਾ ਨਹੀਂ ਹੋਣ ਵਾਲਾ ਅਤੇ ਜਿਹੜਾ ਹਾਈ ਇੰਸਟੀਚਿਊਟ ਵਾਸਤੇ ਆ ਉਹ ਤਾਂ ਅਸੀਂ ਹਾਈ ਇੰਸਟੀਚਿਊਟ ਨੂੰ ਭੇਜਾਂਗੇ ਨਾ। ਇੱਥੇ ਹੀ ਬਸ ਨਹੀਂ, ਡਾਕਟਰ ਸਾਹਿਬਾਂ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਬੱਚਾ ਹੋਣ ਤੋਂ ਬਾਅਦ ਇਹਨਾਂ ਮਹਿਲਾਵਾਂ ਵੱਲੋਂ 51-51 100 ਰੁਪਏ ਵਧਾਈ ਵੀ ਮੰਗੀ ਜਾਂਦੀ ਹੈ ਤੇ ਬੱਚੇ ਦੇ ਕੱਪੜੇ ਖਰੀਦਣ ਸਮੇਂ 300 ਰੁਪਏ ਕਮਿਸ਼ਨ ਵੀ ਖਾਂਦੀਆਂ ਨੇ। ਦੇਖੋ ਜੀ, ਅਸਲ ਕਾਰਨ ਹੈਗਾ ਜੀ ਇਹ ਕਮਿਸ਼ਨ ਖਾਂਦੀ ਹੈ, ਇਹ ਸਵੇਰੇ ਡਾਕਟਰ ਹੋਸਪਿਟਲ ਖੁੱਲ੍ਹਣ ਤੋਂ ਪਹਿਲਾਂ ਆ ਜਾਂਦੀਆਂ ਜੀ, ਸਵੇਰੇ 8 ਵਜੇ ਸਾਡਾ ਟਾਈਮ 9 ਵਜੇ ਸ਼ੁਰੂ ਹੁੰਦਾ ਅਤੇ ਸ਼ਾਮ ਨੂੰ 3 ਵਜੇ ਤੋਂ ਬਾਅਦ ਜਾਂਦੀਆਂ। ਇਹ ਤੁਸੀਂ ਦੱਸੋ ਕਿ ਕੋਈ ਬੰਦਾ ਇੰਨੀ ਜਲਦੀ ਕਿਉਂ ਆ ਕੇ ਬੈਠੇਗਾ, ਅਤੇ ਰੋਜ਼ ਰੈਗੂਲਰ ਬੇਸ 'ਤੇ ਆਉਂਦੀ, ਤੁਸੀਂ ਕੁਛ 8-10 ਆਸ਼ਾ ਵਰਕਰਸ ਐਸੀਆਂ ਜਿਹੜੀ ਕਿ ਰੋਜ਼ ਹੀ ਆਉਂਦੀਆਂ। ਕੀ ਕਰਦੀਆਂ ਉਸ ਟਾਈਮ ਦੌਰਾਨ? ਉਸ ਟਾਈਮ ਦੌਰਾਨ ਜਿਹੜੇ ਬਾਹਰ ਦੇ ਪੇਸ਼ੈਂਟ ਆਉਂਦੇ ਹੈਗੇ ਆ, ਕੋਈ ਇਹਦੇ ਆਪਣਾ ਪੇਸ਼ੈਂਟ ਨਾ ਲੈ ਕੇ ਆਉਂਦੀਆਂ, ਆਪਣੇ ਜਿਹੜੇ ਬਾਹਰ ਦੇ ਜਿਵੇਂ ਚਮਕੌਰ ਸਾਹਿਬ ਤੋਂ ਪੇਸ਼ੈਂਟ ਆਇਆ ਜਾਂ ਇੱਥੋਂ ਨੂਰਪੁਰ ਬੇਦੀ ਤੋਂ ਪੇਸ਼ੈਂਟ ਆਇਆ, ਜਿਹਨਾਂ ਨਾਲ ਆਸ਼ਾ ਵਰਕਰਸ ਨਹੀਂ ਆਉਂਦੇ ਆ ਉਹਨਾਂ ਨੂੰ ਫੜ ਲੈਂਦੀਆਂ, ਉਹਨਾਂ ਨੂੰ ਇਮੋਸ਼ਨਲੀ ਬਲੈਕਮੇਲ ਕਰਦੀਆਂ, ਉਹਨੂੰ ਆਪਣੇ ਕਿ ਮੈਂ ਥੋੜ੍ਹਾ ਕੰਮ ਕਰ ਦੂੰਗਾ ਕਿਉਂਕਿ ਭੀੜ ਹੁੰਦੀ ਹੈ, ਅਤੇ ਟੈਸਟ ਆਉਂਦੇ ਬਾਹਰ ਨੇ ਕਿ ਇੱਥੇ ਬਹੁਤ ਭੀੜ ਆ, ਬਾਹਰ ਲੈ ਜਾਂਦੀਆਂ, ਬਾਹਰ ਟੈਸਟ ਕਰਾਉਂਦੀਆਂ, ਉਹ
ਜਦੋਂ ਬੱਚਾ ਪੈਦਾ ਹੋ ਜਾਂਦਾ ਉਹਦੇ ਕੱਪੜੇ ਲੈ ਕੇ ਆਉਂਦੇ ਕੰਟੀਨ ਵਾਲੇ ਤੋਂ, ਕੱਪੜੇ ਸਮਾਨ ਸਾਰਾ ਬਾਕੀ ਉਹਦੇ 'ਚੋਂ ਇਹਦੀ ਇਹ ਕਮਿਸ਼ਨ ਹੈ ਕਿ 1000 ਰੁਪਇਆ ਸਮਾਨ ਖਰੀਦੂਗਾ ਤਾਂ 300 ਰੁਪਇਆ ਆਸ਼ਾ ਵਰਕਰ ਨੂੰ ਜਾਣਗੇ। ਆਸ਼ਾ ਵਰਕਰ ਵਾਸਤੇ ਰੂਲ ਕੀ ਬਣਾਇਆ ਹੋਇਆ ਵੈਸੇ? ਰੂਲ ਇਹ ਹੈ ਕਿ ਜਿਹੜੇ ਪਿੰਡਾਂ 'ਚ ਪੇਸ਼ੈਂਟਸ ਹੈਗੇ ਜਿਹਨਾਂ ਨੂੰ ਹੋਸਪਿਟਲ ਦਾ ਨਹੀਂ ਪਤਾ, ਉਹਨਾਂ ਨੂੰ ਦੱਸਣਾ ਕਿ ਡਿਲੀਵਰੀ ਹੋਮ ਡਿਲੀਵਰੀ ਨਹੀਂ ਕਰਵਾਉਣੀ, ਤੁਸੀਂ ਸਰਕਾਰੀ ਡਿਲੀਵਰੀ ਕਰਵਾਉਣੀ ਹੈ, ਮਤਲਬ ਇੰਸਟੀਚਿਊਟ ਡਿਲੀਵਰੀ ਕਰਵਾਉਣੀ ਹੈ ਤਾਂ ਜੋ ਕਿ ਮਟਰਨਲ ਮੋਰਟੈਲਿਟੀ ਕਿ ਮਾਂ ਦੀ ਮੋਰਟੈਲਿਟੀ ਅਤੇ ਬੱਚਿਆਂ ਦੀ ਮੋਰਟੈਲਿਟੀ ਘੱਟ ਸਕੇ। ਇਹਦਾ ਬਸ ਇਹੀ ਰੋਲ ਹੈ ਕਿ ਇਹਨੇ ਪੇਸ਼ੈਂਟ ਨੂੰ ਹੋਸਪਿਟਲ ਲੈ ਕੇ ਆਉਣਾ, ਇਹ ਤੋਂ ਜ਼ਿਆਦਾ ਇਹਦਾ ਕੋਈ ਹੋਰ ਰੋਲ ਨਹੀਂ ਹੈ। ਅਤੇ ਹੁਣ ਇਹ ਜਿਹੜਾ ਲੋਕਾਂ ਦੀ ਲੁੱਟ ਕਰ ਰਹੀਆਂ ਜੀ? ਹਾਂਜੀ ਇਹ ਲੁੱਟ ਖੋਹ ਕਰ ਰਹੀਆਂ ਜੀ, ਮੇਰੇ ਪਿੱਛੇ ਤਾਂ ਪਈਆਂ ਹੋਈਆਂ ਕਿ ਮੈਂ ਇਹਦੇ ਅਗੇਂਸਟ ਬੋਲਦੀ ਹਾਂ। ਇਹ ਮੈਨੂੰ ਓਪੀਡੀ ਜਾ ਕੇ ਕਹਿੰਦੀ ਹੈ ਮੈਡਮ ਇਹ ਟੈਸਟ ਲਿਖੋ, ਇਹ ਅਲਟਰਾਸਾਊਂਡ ਲਿਖੋ, ਦੱਸੋ ਜੀ ਇਹ ਮੈਨੂੰ ਦੱਸੋ ਕਿ ਇਹ ਕੌਣ ਹੁੰਦੀ ਹੈ, ਮੈਨੂੰ ਕਹਿਣ ਵਾਲੀ ਹੈ ਕਿ ਇਹ ਟੈਸਟ ਲਿਖੋ, ਇਹ ਅਲਟਰਾਸਾਊਂਡ ਲਿਖੋ। ਜੇ ਮੈਂ ਕੋਈ ਪੇਸ਼ੈਂਟ ਰੈਫਰ ਕਰਦੀ ਹਾਂ, ਮੈਨੂੰ ਇਹ ਕਹਿੰਦੇ ਕਿ ਤੂੰ ਕੌਣ ਹੁੰਦੀ ਹੈ ਰੈਫਰ ਕਰਨ ਵਾਲੀ, ਤੂੰ ਮਰੀਜ਼ ਦਾ ਇੱਥੇ ਡਿਲੀਵਰੀ ਇੱਥੇ ਹੋਏਗੀ, ਜੇ ਨਹੀਂ ਹੋਊਗੀ ਤਾਂ ਤੈਨੂੰ ਇਹਦੇ ਨਤੀਜੇ ਭੁਗਤਣੇ ਪੈਣੇ। ਆਸ਼ਾ ਵਰਕਰਾਂ ਤੇ ਡਾਕਟਰ ਤੇ ਲੱਗੇ ਇਹਨਾਂ ਇਲਜ਼ਾਮਾਂ ਬਾਰੇ ਜਦੋਂ SMO ਡਾਕਟਰ ਤਰਸੇਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਹਾਲੇ ਤੱਕ ਆਸ਼ਾ ਵਰਕਰਾਂ ਵੱਲੋਂ ਉਹਨਾਂ ਨੂੰ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ। ਜਦੋਂ ਵੀ ਲਿਖਤੀ ਸ਼ਿਕਾਇਤ ਆਵੇਗੀ ਤਾਂ ਉਸਦੀ ਜਾਂਚ ਕਰਕੇ ਬਣਦੀ ਕਾਰਵਾਈ ਜ਼ਰੂਰ ਕਰਨਗੇ। ਇੱਕ ਸਵਾਲ ਦਾ ਜਵਾਬ ਦਿੰਦਿਆਂ SMO ਨੇ ਕਿਹਾ ਕਿ ਨਿਯਮਾਂ ਅਨੁਸਾਰ ਕੋਈ ਵੀ ਸਰਕਾਰੀ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰਦੇ ਹੋਏ ਡਿਊਟੀ ਦੇ ਬਾਅਦ ਆਪਣੇ ਕਿਸੇ ਵੀ ਸਥਾਨ 'ਤੇ ਮਰੀਜ਼ ਨੂੰ ਚੈੱਕ ਨਹੀਂ ਕਰ ਸਕਦਾ। ਇਸ ਮਸਲੇ ਦੇ ਵਿੱਚ ਮੇਰੇ ਕੋਲ ਕੋਈ ਕੰਪਲੇਂਟ ਨਹੀਂ ਆਈ। ਅੱਜ ਉਹਨਾਂ ਨੇ ਧਰਨਾ ਲਗਾਇਆ, ਮੈਂ ਆਪ ਉਹਨਾਂ ਦੇ ਕੋਲ ਚੱਲ ਕੇ ਗਿਆ ਅਤੇ ਮੈਂ ਉਹਨਾਂ ਨੂੰ ਕਿਹਾ ਵੀ ਜੋ ਤੁਹਾਡੀ ਡਿਮਾਂਡ ਜਾਂ ਜੋ ਤੁਹਾਡੀ ਵੀ ਕੋਈ ਵੀ ਕੰਪਲੇਂਟ ਹੈਗੀ ਆ ਉਹ ਮੈਨੂੰ ਰਿਟਨ ਦੇ ਵਿੱਚ ਦਿਓ ਤਾਂ ਕਿ ਮੈਂ ਉਹ 'ਤੇ ਜੋ ਵੀ ਹੈ ਕਾਰਵਾਈ ਮੈਂ ਕਰ ਸਕਾਂ। ਮੈਂ ਇਹਨਾਂ ਦਾ ਉਹਨੂੰ ਆਸ਼ਵਾਸਨ ਦਵਾਇਆ ਵੀ ਮੈਨੂੰ ਰਿਟਨ ਦੇ ਵਿੱਚ ਦਿਓ, ਪਰ ਹਾਲੇ ਤੱਕ ਮੈਨੂੰ ਰਿਟਨ ਦੇ ਵਿੱਚ ਹਾਲੇ ਵੀ ਨਹੀਂ ਮਿਲਿਆ। ਅਤੇ ਉਹਨਾਂ ਦਾ ਕਹਿਣਾ ਕਿ ਡਾਕਟਰ ਜਿਹੜੇ ਹੈਗੇ ਆਪਣੇ ਘਰ ਨਿੱਜੀ ਜਿਹੜਾ ਹੈਗਾ ਨਰਸਿੰਗ ਹੋਮ 'ਚ ਲਾ ਕੇ ਜਿਹੜੀ ਹੈਗੀ ਆ ਲੁੱਟ ਕਰ ਰਹੇ ਮਰੀਜ਼ਾਂ ਦੀ, ਜ਼ਬਰਦਸਤੀ ਥ੍ਰੈਟ ਕਰ ਰਹੇ ਆ। ਇਹਦਾ ਮੇਰੇ ਕੋਲ ਉਹੀ ਨਾ ਵੀ ਅੱਜ ਤੋਂ ਪਹਿਲਾਂ ਮੇਰੇ ਕੋਲ ਕੋਈ ਇਹੋ ਜਿਹੀ ਕੰਪਲੇਂਟ ਆਈ ਨਹੀਂ ਹੈਗੀ ਆ, ਕਿ ਅੱਜ ਇਹਨਾਂ ਨੇ ਕੰਪਲੇਂਟ ਇਹ ਮੈਨੂੰ ਦੇਣਗੇ ਤਾਂ ਮੈਂ ਉਹਦੀ ਪੂਰੀ ਡਿਟੇਲ ਵਿੱਚ ਤਫਤੀਸ਼ ਕਰਾਂਗਾ ਅਤੇ ਜੋ ਬਣਦੀ ਕਾਰਵਾਈ ਆ ਮੈਂ ਕਰਾਂਗਾ। ਕੀ ਸਰਕਾਰੀ ਡਾਕਟਰ ਕਰ ਸਕਦੇ ਇਸ ਤਰ੍ਹਾਂ ਕਰਦੇ? ਨਹੀਂ, ਕਿਸੇ ਨੂੰ ਕੋਈ ਇੱਦਾਂ ਦੀ ਕਾਰਵਾਈ ਕਰਨ ਦੀ ਘਰੇ ਮਰੀਜ਼ ਦੇਖਣ ਦੀ ਕੋਈ ਕਿਸੇ ਨੂੰ ਇਜਾਜ਼ਤ ਨਹੀਂ ਹੈਗੀ। ਜੇ ਪਾਇਆ ਜਾਂਦਾ ਤਾਂ ਕੀ ਐਕਸ਼ਨ ਹੁੰਦਾ ਉਹਦੇ ਖਿਲਾਫ? ਫਿਰ ਉਹ ਤਾਂ ਸਰਕਾਰ ਨੇ ਐਕਸ਼ਨ ਲੈਣਾ, ਅਸੀਂ ਸਰਕਾਰ ਨੂੰ ਪੂਰੇ ਜਿਹੜੀ ਅਨੁਸ਼ਾਸਨੀ ਕਾਰਵਾਈ ਕਰਨ ਦੀ ਅਸੀਂ ਸਿਫਾਰਿਸ਼ ਕਰਾਂਗੇ। ਜ਼ਿਕਰਯੋਗ ਹੈ ਕਿ ਭਾਵੇਂ ਡਾਕਟਰ ਵੱਲੋਂ ਜਾਂ ਫਿਰ ਆਸ਼ਾ ਵਰਕਰਾਂ ਵੱਲੋਂ ਆਪਣੇ ਨਿੱਜੀ ਲਾਭ ਲਈ ਇੱਕ ਦੂਜੇ ਦੀਆਂ ਪੋਲਾਂ ਖੋਲ੍ਹ ਸਰਕਾਰੀ ਹਸਪਤਾਲ ਵਿੱਚ ਆਉਣ ਵਾਲੀਆਂ ਗਰਭਵਤੀ ਮਹਿਲਾਵਾਂ ਦੇ ਹੋ ਰਹੇ ਆਰਥਿਕ ਸ਼ੋਸ਼ਣ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਗਈ ਹੈ। ਅਕਸਰ ਅਜਿਹੇ ਇਲਜ਼ਾਮ ਮਰੀਜ਼ਾਂ ਵੱਲੋਂ ਡਾਕਟਰਾਂ 'ਤੇ ਲਗਾਏ ਜਾਂਦੇ ਨੇ, ਪਰ ਹੁਣ ਆਸ਼ਾ ਵਰਕਰਾਂ ਵੱਲੋਂ ਵੀ ਅਜਿਹੇ ਇਲਜ਼ਾਮ ਲਗਾ ਕੇ ਇਸ ਗੱਲ 'ਤੇ ਮੋਹਰ ਜ਼ਰੂਰ ਲਗਾ ਦਿੱਤੀ ਗਈ ਹੈ ਕਿ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਸ਼ਰੇਆਮ ਲੁੱਟ ਜ਼ਰੂਰ ਕੀਤੀ ਜਾਂਦੀ ਹੈ। ਇਹਨਾਂ ਦੀ ਹੁਣ ਉੱਚ ਪੱਧਰੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਵੀ ਦੇਣੇ ਚਾਹੀਦੇ ਨੇ। ਰੂਪਨਗਰ ਤੋਂ ਸੱਜਣ ਸੈਣੀ, ਪੰਜਾਬੀ ਲੋਕ ਚੈਨਲ।